ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਉਣ ਲੱਗੇ ਹਾਂ ਰਾਈਸ ਅਤੇ ਆਲੂ ਟਿੱਕੀ, ਜਿਹਦੇ ਲਈ ਆਪਾਂ ਨੇ ਆਹ ਰਾਈਸ ਲਏ ਨੇ। ਇਹ ਆਪਾਂ ਨੇ ਬਣਾਏ ਸੀ ਬਚ ਰਹੇ, ਇਹ ਬਣਾਏ ਹੋਏ ਰਾਈਸਾਂ ਦੀ ਟਿੱਕੀ ਬਣਾਉਣੇ ਹਾਂ ਅੱਜ ਆਪਾਂ। ਆਹ ਆਲੂ ਲਏ ਨੇ ਚਾਰ ਮੀਡੀਅਮ ਸਾਈਜ਼, ਅਤੇ ਆਹ ਆਪਾਂ ਨੇ ਪਿਆਜ਼ ਅਤੇ ਹਰੀ ਮਿਰਚ ਕੱਟ ਲਈ। ਚਲੋ ਜੀ, ਆਪਾਂ ਆਲੂਆਂ ਨੂੰ ਕੱਦੂਕਸ ਕਰ ਲੈਂਦੇ ਹਾਂ। ਇਹ ਆਲੂ ਆਪਾਂ ਨੇ ਬੋਇਲ ਕਰ ਲਏ ਜੀ, ਉਬਲੇ ਹੋਏ ਆਲੂ ਨੇ। ਆਲੂ ਆਪਣੇ ਕੱਦੂਕਸ ਹੋ ਗਏ, ਹੁਣ ਇਹਦੇ ਵਿੱਚ ਆਪਾਂ ਰਾਈਸ ਮਿਕਸ ਕਰ ਲੈਂਦੇ। ਪਿਆਜ਼ ਅਤੇ ਹਰੀ
ਹੁਣ ਇਹਦੇ ਵਿੱਚ ਆਪਾਂ ਟਿੱਕੀ ਨੂੰ ਟਿੱਪ ਕਰਦੇ ਹਾਂ। ਅਗਰ ਤੁਹਾਡੇ ਕੋਲ ਰੋਟ ਨਹੀਂ ਹੈਗਾ ਤਾਂ ਤੁਸੀਂ ਕਣਕ ਦੇ ਆਟੇ ਦਾ ਹੀ ਬਣਾ ਸਕਦੇ ਹੋ ਜਾਂ ਮੈਦਾ ਵੀ ਬਣਾ ਸਕਦੇ ਹੋ ਜੀ, ਮੈਦੇ ਦਾ ਵੀ। ਇਹਦੇ ਵਿੱਚ ਟਿੱਪ ਕਰਾਂਗੇ ਅਤੇ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇਲ 'ਚ। ਇਸ ਤਰ੍ਹਾਂ ਹੀ ਆਪਾਂ ਸਾਰੀਆਂ ਟਿੱਕੀਆਂ ਨੇ ਬਣਾ ਲੈਣਾ। ਦੇਖੋ ਜੀ ਆਪਣੀਆਂ ਟਿੱਕੀਆਂ ਬਣਨ ਲੱਗ ਗਈਆਂ। ਲਓ ਜੀ ਟਿੱਕੀਆਂ ਆਪਣੀਆਂ ਤਿਆਰ ਹੋ ਗਈਆਂ। ਬਰਾਊਨ ਹੋ ਚੁੱਕੀਆਂ ਨੇ, ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਂਦੇ ਹਾਂ ਤੇਲ ਤੋਂ। ਇਸ ਤਰ੍ਹਾਂ ਆਪਾਂ ਹੁਣ ਹੋਰ ਟਿੱਕੀਆਂ ਬਣਾ ਲੈਂਦੇ ਹਾਂ। ਹੁਣ ਇਹਨਾਂ ਦੇ ਆਪਾਂ ਪਾਸੇ ਚੇਂਜ ਕਰ ਦਿੰਦੇ ਹਾਂ, ਪਲਟਾ ਦਿੰਦੇ ਇਹਨਾਂ ਨੂੰ, ਉੱਪਰਲਾ ਪਾਸਾ ਨੀਚੇ ਕਰ ਦਿੰਦੇ ਹਾਂ। ਚਲੋ ਜੀ ਟਿੱਕੀਆਂ ਆਪਣੀਆਂ ਬਰਾਊਨ ਹੋ ਗਈਆਂ, ਹੁਣ ਇਹਨਾਂ ਆਪਾਂ ਬਾਹਰ ਕੱਢ ਲੈਂਦੇ ਹਾਂ ਤੇਲ ਤੋਂ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ, ਬਹੁਤ ਵਧੀਆ ਕ੍ਰਿਸਪ ਟਿੱਕੀਆਂ ਬਣਦੀਆਂ ਨੇ।
ਦੇਖੋ ਜੀ ਬਾਹਰੋਂ ਕ੍ਰੈਸਪੀ ਦੇ ਵਿੱਚੋਂ ਨਰਮ ਸੌਫਟ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਪਲੀਜ਼